ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਵੈਲਕਮ ਬੈਕ ਟੂ ਆਰ ਯੂਟਿਊਬ ਚੈਨਲ ਸੋ ਅੱਜ ਦਾ ਜਿਹੜਾ ਵਲੌਗ ਆ ਉਹ ਜਿਵੇਂ ਕਿ ਤੁਸੀਂ ਸਾਰਿਆਂ ਨੇ ਸੀਗੀ ਕਿ ਆਪਣੇ ਸੂਟਾਂ ਦੀ ਕਲੈਕਸ਼ਨ ਦਿਖਾਓ ਸੋ ਅੱਜ ਜਿਹੜਾ ਵਲੌਗ ਆ ਉਹ ਇਹੀ ਹੈ ਕਿ ਮੈਂ ਆਪਣੇ ਸੂਟਾਂ ਦੀ ਕਲੈਕਸ਼ਨ ਦਿਖਾਉਣ ਲੱਗੀ ਹਾਂ ਤੁਹਾਨੂੰ ਅਤੇ ਦੱਸੋ ਤੁਹਾਨੂੰ ਸੂਟ ਮੇਰੇ ਕਿਵੇਂ ਦੇ ਲੱਗੇ ਚਲੀਏ ਫਿਰ ਸੋ ਗਾਈਜ਼ ਮੇਰੇ ਕੋਲ ਸੂਟ ਤਾਂ ਬਹੁਤ ਸਾਰੇ ਨੇ ਮੇਰੇ ਹੁਣੇ ਹੁਣੇ ਜਿਵੇਂ ਵਿਆਹ ਹੋਇਆ ਹੈ ਅਤੇ ਮੇਰੇ ਵੱਲੋਂ ਵੀ ਸੂਟ ਕਾਫੀ ਸੀਗੇ ਮੇਰੇ ਇਨਲੋਜ਼ ਵੱਲੋਂ ਵੀ ਸੀਗੇ ਬਟ ਇੱਕ ਪ੍ਰੋਬਲਮ ਹੋ ਗਈ ਕਿ ਮੇਰੇ ਜਿੰਨੇ ਸੂਟ ਸੀਗੇ ਦੋਨੋਂ ਤਰਫ ਤੋਂ ਬਹੁਤ ਜ਼ਿਆਦਾ ਹੈਵੀ ਸੀਗੇ ਔਰ ਤੁਹਾਨੂੰ ਪਤਾ ਮਾਰਚ ਦੇ ਵਿੱਚ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਗਰਮੀ ਆ ਗਈ ਸੋ ਮੈਂ ਉਹ ਸੂਟ ਨਹੀਂ ਪਾਏ ਕੁਛ ਸੂਟ ਇੱਦਾਂ ਦੇ ਆ ਜਿਹੜੇ ਬੈੱਡ ਦੇ ਵਿੱਚ ਪਏ ਆ ਉਹ ਮੈਂ ਨਹੀਂ ਕੱਢੇ ਉਹ ਮੈਂ ਕੱਢਣੇ ਵੀ ਨਹੀਂ ਖਲਾਰਾ ਬਹੁਤ ਪੈ ਜਾਣਾ ਸੋ ਚਲੋ ਜਿੰਨੇ ਸੂਟ ਮੈਂ ਕੱਢੇ ਆ ਮੈਂ ਉਹਨਾਂ ਦੀ ਕਲੈਕਸ਼ਨ ਤੁਹਾਨੂੰ ਦਿਖਾਉਣੀ ਆ ਕੁਛ ਤਾਂ ਤੁਸੀਂ ਰੀਲਸ ਦੇ ਵਿੱਚ ਦੇਖੇ ਹੋਣੇ ਆ ਅਤੇ ਕੁਛ ਤੁਸੀਂ ਨਹੀਂ ਦੇਖੇ ਹੋਣੇ ਸੋ ਚਲੋ ਸਟਾਰਟ ਕਰਦੇ ਹਾਂ ਪਹਿਲਾਂ ਕਿੱਥੋਂ ਸਟਾਰਟ ਕਰੀਏ ਓਕੇ ਆਹ ਸੂਟ ਹੈ ਔਰਗੈਂਜ਼ਾ ਇਹਦੇ ਨਾਲ ਇਹਦੀ ਆ ਦੁਪੱਟਾ ਅਤੇ ਆ ਇਹਦਾ ਬੋਟਮ ਸਲਵਾਰ ਮੈਨੂੰ ਪਰਸਨਲੀ ਸੂਟ ਉਹ ਵਾਲੇ ਪਸੰਦ ਹੈ ਜਿਨ੍ਹਾਂ ਦੇ ਬੋਟਮ ਦੇ ਉੱਤੇ ਵਰਕ ਹੋਏਗਾ ਮੇਰੇ ਜ਼ਿਆਦਾਤਰ ਸੂਟਾਂ ਦੇ ਬੋਟਮ 'ਚ ਵਰਕ ਹੈ ਜੋ ਕਿ ਕੁਛ ਤਾਂ ਮੈਂ ਆਪ ਕਰਵਾਏ ਨੇ ਔਰ ਕੁਛ ਜਿਹੜੇ ਰੈਡੀ ਹੁੰਦੇ ਆ ਸੂਟ ਉਹ ਮੈਂ ਲਏ ਨੇ ਬੋਟਮ ਵਰਕ ਵਾਲੇ ਆਹ ਸੂਟ ਹੈ ਇਹ ਮੈਨੂੰ ਬੜਾ ਪਸੰਦ ਹੈ ਪਰ ਇਹਨੂੰ ਮੈਂ ਪਾਇਆ ਕਿ ਨਹੀਂ ਪਾਇਆ ਨਹੀਂ ਪਾਇਆ ਮੈਨੂੰ ਨਹੀਂ ਪਤਾ ਉਹਨੂੰ ਨਹੀਂ ਪਤਾ ਇੱਕ ਆਹ ਸੂਟ ਹੈ ਇਹ ਫੈਬਰਿਕ ਕਿਹੜਾ ਹੈ ਕਰੇਪ ਹਾਂ ਇਹ ਉਹ ਫੈਬਰਿਕ ਹੈ ਇਹ ਮੈਂ ਆਪ ਡਿਜ਼ਾਈਨ ਕਰਵਾਇਆ ਸੀਗਾ ਇਹਦਾ ਜਿਹੜਾ ਸਲੀਵ ਵਰਕ ਹੈ ਮੈਨੂੰ ਇੰਨਾ ਜ਼ਿਆਦਾ ਪਸੰਦ ਆਇਆ ਸੀਗਾ ਮੈਂ ਬੁਟੀਕ 'ਤੇ ਗਈ ਉੱਥੇ ਮੈਂ ਦੇਖਿਆ ਕਿ ਉਹਨਾਂ ਦੇ ਕੋਲ ਇਹ ਸੇਮ ਆ ਡਿਜ਼ਾਈਨ ਕੀਤਾ ਹੋਇਆ ਸੂਟ ਪਿਆ ਸੀਗਾ ਮੈਂ ਕਿਹਾ ਆਹ ਮੈਨੂੰ ਸੂਟ ਦਿਖਾਇਓ ਉਹ ਕਹਿੰਦੇ ਇਹਦਾ ਸੋਲਡ ਆਊਟ ਹੈ ਮੈਂ ਕਿਹਾ ਮੈਨੂੰ ਇਹ ਵਾਲਾ ਸੂਟ ਚਾਹੀਦਾ ਸੇਮ ਡਿਜ਼ਾਈਨ ਸੇਮ ਜਿੰਨੀ ਵੀ ਐਮਬਰਾਇਡਰੀ ਇਹਦੀ ਸੇਮ ਮੈਨੂੰ ਚਾਹੀਦੀ ਸੀਗੀ ਅਤੇ ਆਹ ਮੈਂ ਸੂਟ ਦੇ ਉੱਤੇ ਵਰਕ ਕਰਵਾਇਆ ਇਹਦਾ ਵਰਕ ਸੱਚੀ ਬੜਾ ਪਿਆਰਾ ਹੈ ਇਹਦੀ ਸਲੀਵਸ ਇੰਨੀ ਹੈਵੀ ਨੇ ਇਹਦੇ ਨਾਲ ਬੋਟਮ ਇਹਦੇ ਬੋਟਮ ਦੇ ਥੋੜ੍ਹਾ ਥੋੜ੍ਹਾ ਵਰਕ ਹੈ ਔਰ ਇਹਦੇ ਨਾਲ ਆ ਦੁਪੱਟਾ ਦੁਪੱਟਾ ਪਲੇਨ ਹੈ ਇਹਦੇ ਉੱਤੇ ਲੇਸ ਲਗਾਈ ਹੈ ਇਹ ਬਹੁਤ ਪਿਆਰਾ ਇਹ ਤਾਂ ਮੇਰਾ ਸੂਟ ਤੁਸੀਂ ਦੇਖਿਆ ਹੀ ਹੋਣਾ ਨੈਕਸਟ ਹੈ ਅਵਲਾ ਅਗੇਨ ਇਹ ਹੈਗਾ ਔਰਗੈਂਜ਼ਾ ਦਾ ਹੁਣ ਪ੍ਰੋਬਲਮ ਇਹ ਹੈ ਔਰਗੈਂਜ਼ਾ ਵੀ ਨਹੀਂ ਪਾਇਆ ਜਾਂਦਾ ਜਿੰਨੀ ਗਰਮੀ ਪੈ ਰਹੀ ਹੈ ਨਾ ਇਹ ਵੀ ਨਹੀਂ ਪਾਇਆ ਜਾਂਦਾ ਇਹ ਸੂਟ ਇਹ ਮੈਂ ਰੈਡੀ ਲਿਆ ਸੀਗਾ ਜਿਹੜੇ ਉਹ ਫੈਬਰਿਕ ਹੁੰਦੇ ਨੇ ਨਾ ਇਹ ਉਹ ਵਾਲਾ ਸੂਟ ਹੈ ਇਹਦੇ 'ਤੇ ਵਰਕ ਕਰਾਇਆ ਨਹੀਂ ਮਤਲਬ ਇਹ ਬੈਕ ਡਿਜ਼ਾਈਨ ਹੈ ਇਹਦਾ ਔਰਗੈਂਜ਼ਾ ਦੁਪੱਟਾ ਬਹੁਤ ਸੋਹਣਾ ਇਹਦਾ ਇਹ ਹੈਗਾ 3D ਸੂਟ ਆ ਇਹਦਾ ਬੋਟਮ ਪਲੇਨ ਹੈ ਮੈਂ ਇਹ ਸੋਚ ਰਹੀ ਸਾਫ਼ ਕੌਣ ਕਰੇਗਾ ਬਾਅਦ ਚੋਂ ਇਹ ਇੱਥੋਂ ਤੈਅ ਕੌਣ ਲਾਏਗਾ ਇਹਨਾਂ ਦੀ ਤੁਸੀਂ ਲਾਓਗੇ ਗੁਰਵਿੰਦਰ ਸਿੰਘ ਜੀ ਤੁਸੀਂ ਲਾਓਗੇ ਓਕੇ ਆਹ ਸੂਟ ਇਹ ਵੀ ਮੇਰਾ ਫੇਵਰੇਟ ਸੂਟ ਹੈ ਇਹ ਵੀ ਮੈਂ ਆਪ ਹੀ ਵਰਕ ਕਰਾਇਆ ਇਸ ਸੂਟ ਦੇ ਉੱਤੇ ਵੀ ਆਹ ਮੈਨੂੰ ਵਰਕ ਇਹਦਾ ਬੜਾ ਪਿਆਰਾ ਲੱਗਦਾ ਹੈ ਕਿਵੇਂ ਦਾ ਲੱਗਦਾ ਤੁਹਾਨੂੰ ਕਿੰਦੂ ਔਰ ਇਹਦੀ ਨਾ ਲਾਈਕ ਲੈਂਥ ਘੱਟ ਸੀਗੀ ਸੂਟ ਦੀ ਅਤੇ ਜਦੋਂ ਮੈਂ ਫਸਟ ਨਾਪ ਦਿੱਤਾ ਸੀਗਾ ਇਹਦਾ ਬਣਾਉਣਾ ਸੀਗਾ ਐਕਚੁਲੀ ਕੁਛ ਹੋਰ ਪਰ ਫਿਰ ਇਹਦੀ ਸ਼ਰਟ ਲੰਬੀ ਕਰਨੀ ਪਈ ਇਹਦੇ 'ਤੇ ਫਿਰ ਅਵਲੀ ਲੈਸ ਲਗਾ ਲਈ ਸੀ ਲਟਕਣ ਜੀ ਔਰ ਇਹਦੇ ਇਹ ਪੂਰਾ ਫਰੰਟ ਹੈ ਇਹਦਾ ਔਰ ਇਹਦੀ ਬਾਜੂ 'ਤੇ ਵੀ ਡਿਜ਼ਾਈਨ ਹੈ ਔਰ ਇਹਦੀ ਬੋਟਮ ਹੈਗੀ ਹੈ ਇਹਦੀ ਬੋਟਮ 'ਤੇ ਵਰਕ ਹੈ ਔਰ ਇਹ ਮੇਰਾ ਦੁਪੱਟਾ ਹੈਗਾ ਪਿਓਰ ਔਰਗੈਂਜ਼ਾ ਦਾ ਇਹ ਵੀ ਬੜਾ ਪਿਆਰਾ ਲੱਗਦਾ ਸੂਟ ਅਫਸੋਸ ਮੈਂ ਇੰਨੀ ਸ਼ਿੱਦਤ ਨਾਲ ਨਹੀਂ ਪਾ ਸਕਦੀ ਇਹ ਸੂਟਾਂ ਨੂੰ ਓਕੇ ਆਵਲਾ ਸੂਟ ਹੈਗਾ ਇਹਨੂੰ ਕੀ ਕਹਿੰਦੇ ਸ਼ਰਾਰਾ ਕਹਿੰਦੇ ਕਿ ਗਰਾਰਾ ਮੈਂ ਕਨਫਿਊਜ਼ ਹੋ ਗਈ ਇਹਦੇ ਨਾਲ ਨਾ ਸ਼ਰਟ ਮੇਰੀ ਸ਼ਰਟ ਹੈ ਇਹ ਨਾ ਮੈਂ ਫੈਬਰਿਕ ਲਿਆ ਸੀਗਾ ਇਹਦੇ ਨਾਲ ਦੁਪੱਟਾ ਮੈਂ ਬੁਟੀਕ ਵਾਲੇ ਦੀਦੀ ਨੂੰ ਕਿਹਾ ਸੀਗਾ ਤੁਸੀਂ ਰੈਡੀ ਕਰ ਦਿਓ ਇਹਦੇ 'ਤੇ ਸਿਲਵਰ ਵਾਲੀ ਲੈਸ ਲਾਈ ਹੋਈ ਹੈ ਔਰ ਇਹ ਬੜਾ ਪਿਆਰਾ ਸੂਟ ਲੱਗਦਾ ਇਹ ਮੈਂ ਇੱਕ ਵਾਰ ਵੀ ਨਹੀਂ ਪਾਇਆ
ਸ਼ਾਰਟ ਲੈਂਥ ਵਾਲੀ ਇਹਦੀ ਸ਼ਰਟ ਹੈ ਔਰ ਇਹ ਨੀਚੇ ਸ਼ਰਾਰਾ ਗਰਾਰਾ ਜੋ ਵੀ ਹੁੰਦਾ ਇਹ ਉਹ ਚੀਜ਼ ਹੈ ਓਕੇ ਆਹ ਵਾਲਾ ਸੂਟ ਹੈ ਇਹ ਵੀ ਮੇਰਾ ਫੈਬਰਿਕ ਸੀਗਾ ਜਿਹੜਾ ਮੈਂ ਲਿਆ ਸੀ ਜਿਹੜੇ ਉਹ ਹੁੰਦੇ ਨੇ ਨਾ ਖੁੱਲ੍ਹੇ ਫੈਬਰਿਕ ਮਿਲਦੇ ਨੇ ਮੀਟਰ ਦੇ ਹਿਸਾਬ ਨਾਲ ਇਹ ਉਹ ਵਾਲੇ ਨੇ ਇਹ ਉਹ ਫੈਬਰਿਕ ਹੈ ਇਹਦੇ ਨਾਲ ਸੇਮ ਹੀ ਸਲਵਾਰ ਹੈ ਇਹਦੀ ਔਰ ਇਹਦੇ ਨਾਲ ਆਹ ਵਾਲਾ ਦੁਪੱਟਾ ਇਹ ਦੁਪੱਟਾ ਮੈਂ ਇਹ ਵੀ ਨਾ ਉਹ ਵਾਲਾ ਦੁਪੱਟਾ ਸੀਗਾ ਜਿੱਦਾਂ ਸ਼ਰਟ ਦਾ ਦੁਪੱਟਾ ਸ਼ਰਟ ਹੁੰਦੀ ਹੈ ਇਹ ਮੈਂ ਉਹਦਾ ਦੁਪੱਟਾ ਬਣਵਾ ਲਿਆ ਸੀਗਾ ਇਹਦੇ 'ਤੇ ਆਹ ਵਾਲਾ ਲੈਸ ਲਵਾ ਲਈ ਸੀ ਗੋਟਾ ਪੱਟੀ ਹਾਂਜੀ ਅਤੇ ਨੈਕਸਟ ਹੈਗਾ ਇਹ ਵਾਲਾ ਇਹ ਵੀ ਕੋਟਨ ਦਾ ਹੈ ਆ ਇਹ ਵਾਲਾ ਸੂਟ ਵਿਦਆਊਟ ਲਾਈਨਿੰਗ ਇਹ ਮੈਂ ਫਰੋਕ ਸਟਾਈਲ ਬਣਵਾਇਆ ਸੀਗਾ ਇਹ ਕੋਟਨ ਦਾ ਆ ਇਹ ਵੀ ਉਹ ਜਿਹੜਾ ਪਰ ਮੀਟਰ ਦੇ ਹਿਸਾਬ ਨਾਲ ਹੁੰਦਾ ਨਾ ਇਹ ਉਹ ਵਾਲਾ ਹੈ ਇਹ ਵਾਲਾ ਮੈਂ ਐਵੇਂ ਸਵਾਇਆ ਸੀਗਾ ਇਹਦਾ ਨੈਕ ਡਿਜ਼ਾਈਨ ਹੈ ਫਰੰਟ ਦਾ ਔਰ ਇਹਦਾ ਬੈਕ ਡਿਜ਼ਾਈਨ ਹੈ ਇਹ ਮੈਂ ਕਿਸੇ ਦਿਨ ਪੂਰਾ ਸੂਟ ਪਾਊਂਗੀ ਇਹਦੇ 'ਤੇ ਇਹ ਲੈਸ ਲਗਾਈ ਹੋਈ ਹੈ ਦੀਦੀ ਨੇ ਔਰ ਇਹਦਾ ਬੋਟਮ ਹੈ ਇਹਦੇ ਨਾਲ ਮੈਂ ਵਾਈਟ ਦੁਪੱਟਾ ਕੈਰੀ ਕਰ ਲੈਂਦੀ ਹਾਂ ਵੈਸੇ ਡਾਈ ਵੀ ਕਰਾ ਸਕਦੀ ਸੀ ਮੈਂ ਦੁਪੱਟਾ ਬਟ ਮੈਨੂੰ ਲੱਗਾ ਕਿ ਇਹਦੇ ਨਾਲ ਵਾਈਟ ਵੀ ਜਾ ਸਕਦਾ ਸੋ ਮੈਂ ਵਾਈਟ ਵੇਅਰ ਕੀਤਾ ਹੋਇਆ ਇਹਦੇ ਨਾਲ ਐਂਡ ਓਨੈਸਟਲੀ ਵਾਈਟ ਐਂਡ ਬਲੈਕ ਮੇਰੇ ਫੇਵਰੇਟ ਕਲਰ ਨੇ ਇਹ ਕਿਸੇ ਨਾਲ ਵੀ ਕਦੇ ਵੀ ਮੈਚ ਆਪਾਂ ਕਰ ਸਕਦੇ ਹਾਂ ਲਾਈਕ ਹੁਣ ਵੀ ਦੇਖ ਲਓ ਮੈਂ ਬਲੈਕ ਦੁਪੱਟਾ ਲਿਆ ਹੋਇਆ ਓਕੇ ਨੈਕਸਟ ਸੂਟ ਹੈ ਆਹ ਵਾਲਾ ਇਹ ਮੇਰੀ ਸਿਸਟਰ ਇਨ ਲਾਅ ਨੇ ਡਿਜ਼ਾਈਨ ਕੀਤਾ ਸੀਗਾ ਖੁਦ ਬਣਵਾਇਆ ਸੀਗਾ ਡਿਜ਼ਾਈਨ ਕਰਕੇ ਉਹਨਾਂ ਨੇ ਇਹਦੇ 'ਤੇ ਜਿੰਨਾ ਵੀ ਵਰਕ ਹੈ ਇਹ ਉਹਨਾਂ ਨੇ ਕਰਵਾਇਆ ਸੀਗਾ ਮੈਨੂੰ ਆਹ ਵਾਲਾ ਸੂਟ ਬਹੁਤ ਅੱਛਾ ਲੱਗਦਾ ਇਹਦਾ ਇੱਕ ਤਾਂ ਕਲਰ ਮੈਨੂੰ ਕੰਬੀਨੇਸ਼ਨ ਬੜਾ ਪਿਆਰਾ ਲੱਗਾ ਅਗੇਨ ਇਹ ਕਰੇਪ ਦੇ ਵਿੱਚ ਹੈਗਾ ਮੈਂ ਕਨਫਰਮ ਕਰ ਲਾਂ ਕਰੇਪ ਹੀ ਹੁੰਦਾ ਨਾ ਇਹਦਾ ਜਿਹੜਾ ਵਰਕ ਹੈ ਆਹ ਦੇਖੋ ਇਹ ਵਰਕ ਕਰਾਇਆ ਬਹੁਤ ਪਿਆਰਾ ਲੱਗਦਾ ਇਹਦੀ ਬਾਜੂ ਦੇ ਉੱਤੇ ਉੱਪਰਲੀ ਸਾਈਡ ਵਰਕ ਹੈ ਔਰ ਨੀਚੇ ਹੈ ਸਮੋਸਾ ਲੇਸ ਮੈਨੂੰ ਨਹੀਂ ਪਤਾ ਸੀਗਾ ਇਹਨੂੰ ਸਮੋਸਾ ਲੇਸ ਕਹਿੰਦੇ ਨੇ ਇਹਦੇ ਨਾਲ ਪਲਾਜ਼ੋ ਖੁੱਲ੍ਹਾ ਪਲਾਜ਼ੋ ਔਰ ਇਹਦੇ ਨਾਲ ਆ ਦੁਪੱਟਾ ਹੈ ਨਾ ਸੋਹਣਾ ਗਾਇਸ ਮੈਂ ਤੁਹਾਨੂੰ ਸੂਟ ਦਿਖਾ ਰਹੀ ਹਾਂ ਪਲੀਜ਼ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸੋਗੇ ਕਿ ਤੁਹਾਨੂੰ ਕਿਹੜਾ ਵਧੀਆ ਲੱਗਾ ਠੀਕ ਆ ਓਕੇ ਨੈਕਸਟ ਸੂਟ ਹੈ ਅਗਲਾ ਆਹ ਵੀ ਨਹੀਂ ਮੈਂ ਹਾਲੇ ਪਾਇਆ ਕਿਉਂਕਿ ਇਹਦਾ ਇਹਦੀ ਪ੍ਰੋਬਲਮ ਇਹ ਹੈ ਕਿ ਇਹ ਨਾ ਫੁੱਲ ਸਲੀਵਸ ਹੈ ਇਹ ਮੈਂ ਵਿਆਹ ਦੇ ਟਾਈਮ ਮੈਨੂੰ ਆਇਆ ਸੀਗਾ ਸੂਟ ਸ਼ੇਰੇ ਦੀ ਹੱਟੀ ਤੋਂ ਅਤੇ ਆ ਇਹਦੀ ਫੁੱਲ ਸਲੀਵਸ ਹੈ ਔਰ ਚੂੜਾ ਪਾਇਆ ਉਹਦੇ ਕਰਕੇ ਮੈਂ ਫੁੱਲ ਸਲੀਵਸ ਕੈਰੀ ਨਹੀਂ ਕਰ ਪਾ ਰਹੀ ਔਰ ਸਲੀਵਸ ਵੀ ਟਾਈਟ ਹੈ ਅਤੇ ਇਸ ਕਰਕੇ ਮੈਂ ਹਾਲੇ ਤੱਕ ਪਾਇਆ ਨਹੀਂ ਇਹ ਪਲੇਨ ਸੂਟ ਹੈ ਪੈਂਟ ਸਟਾਈਲ ਹੈ ਇਹਦੇ 'ਤੇ ਉਹਨਾਂ ਨੇ ਮੈਨੂੰ ਆਹ ਪਾਈਪਿੰਗ ਲਗਾ ਕੇ ਦਿੱਤੀ ਹੈ ਔਰ ਆਹ ਪਾਕਿਸਤਾਨੀ ਦੁਪੱਟਾ ਜਿਹੜਾ ਦੁਪੱਟਾ ਹੈ ਇਹ ਮੈਂ ਕਿਸੇ ਹੋਰ ਸੂਟ ਨਾਲ ਵੀ ਪਲੇਨ ਨਾਲ ਵੇਅਰ ਕਰ ਲੈਣ ਲਾਈਕ ਜਿੱਦਾਂ ਮੇਰੇ ਕੋਲ ਆਹ ਵਾਲਾ ਯੈਲੋ ਸੂਟ ਹੈ ਫਰੋਕ ਵਾਲਾ ਪੈਂਟ ਸਟਾਈਲ ਅਤੇ ਇਹਦੇ ਨਾਲ ਮੈਂ ਆਹ ਦੁਪੱਟਾ ਵੇਅਰ ਕਰ ਲੈਂਦੀ ਹਾਂ ਜਾਂ ਫਿਰ ਮੇਰੇ ਕੋਲ ਇੱਦਾਂ ਦੇ ਹੋਰ ਵੀ ਕਲਰ ਦੁਪੱਟੇ ਸੇਮ ਦੁਪੱਟੇ ਪਏ ਨੇ ਕਲਰ ਹੋਰ ਨੇ ਮੈਂ ਉਹ ਵਾਲੇ ਵੀ ਲੈ ਲੈਂਦੀ ਹਾਂ ਇਹਦੇ ਨਾਲ ਇਹ ਮੈਂ ਕਰੂੰਗੀ ਜਦੋਂ ਇਹਨੂੰ ਲੂਜ਼ ਕਰਾਉਣਾ ਪੈਣਾ ਫੁੱਲ ਸਲੀਵਸ ਹੈ ਇੰਨੀ ਗਰਮੀ 'ਚ ਪਾਇਆ ਨਹੀਂ ਜਾਂਦਾ ਸੋ ਨੈਕਸਟ ਸੂਟ ਆ ਜਾਂਦਾ ਆਪਣਾ ਔਰਗੈਂਜ਼ਾ ਦਾ ਹੀ ਮੇਰੇ ਕੋਲ ਜ਼ਿਆਦਾਤਰ ਔਰਗੈਂਜ਼ਾ ਸਿਲਕ ਜਾਂ ਫਿਰ ਕਰੇਪ ਦੇ ਨੇ ਸਿਲਕ ਤਾਂ ਹਾਲੇ ਮੇਰੇ ਖਿਆਲ ਨਾਲ ਇੱਥੇ ਨਹੀਂ ਪਏ ਹੋਏ ਬੈੱਡ 'ਚ ਪਏ ਹੋਏ ਨੇ ਇਹ ਕਿਹਦੀ ਪਸੰਦ ਹੈ ਗੁਰਵਿੰਦਰ ਮੈਨੂੰ ਕੀ ਪਤਾ ਤੁਸੀਂ ਲੈ ਕੇ ਆਏ ਸੀਗੇ ਮੈਨੂੰ ਸੂਟ ਇੰਨਾ ਪਿਆਰਾ ਲੱਗਾ ਨਾ ਮੇਰੇ ਕੋਲ ਆਹ ਵਾਲਾ ਕਲਰ ਨਹੀਂ ਸੀਗਾ ਬੇਬੀ ਪਿੰਕ ਹੈ ਨਾ ਇਹ ਵਾਲਾ ਨਹੀਂ ਸੀਗਾ ਕਲਰ ਇਹ ਸੂਟ ਹੈ ਇਹਦਾ ਵਰਕ ਆ ਇਹਦਾ ਦੁਪੱਟਾ ਅਤੇ ਇਹਦੇ ਬੋਟਮ 'ਤੇ ਵਰਕ ਹੈਗਾ ਹਾਂ ਦੇਖੋ ਇਹਦੀ ਬੋਟਮ 'ਤੇ ਵੀ ਵਰਕ ਆ ਆਹ ਵਾਲਾ ਸੂਟ ਇਹ ਵੀ ਔਰਗੈਂਜ਼ਾ ਦਾ ਸੂਟ ਹੈ ਇਹ ਸਾਰਾ ਵਰਕ ਇਹਦਾ ਇਹ ਥੋੜ੍ਹਾ ਲਾਈਟ ਵੇਟ ਹੈ ਲਾਈਕ ਜਿਵੇਂ ਆਹ ਵਾਲੇ ਤਾਂ ਬਹੁਤ ਹੈਵੀ ਹੈਵੀ ਨੇ ਇਹ ਲਾਈਟ ਹੈ ਇਹ ਮੈਂ ਕਿਤੇ ਜਿੱਦਾਂ ਆਉਣਾ ਜਾਣਾ ਹੁੰਦਾ ਕਿਤੇ ਲੰਚ ਵਗੈਰਾ 'ਤੇ ਜਾਣਾ ਹੁੰਦਾ ਮੈਂ ਪਾ ਸਕਦੀ ਹਾਂ ਇਹਦਾ ਇਹਦੀ ਬੋਟਮ ਪਲੇਨ ਹੈ ਬਿਲਕੁਲ ਔਰ ਇਹਦਾ ਦੁਪੱਟਾ ਸੋ ਸਭ ਤੋਂ
ਜਿਹੜੇ ਮੈਨੂੰ ਲੱਗਦਾ ਈਜ਼ੀ ਟੂ ਵੇਅਰ ਨੇ ਉਹ ਸੂਟ ਹੈਗੇ ਨੇ ਮੇਰੇ ਰੈਡੀਮੇਡ ਜਿਹੜੇ ਮੈਂ ਸਟਿਚਡ ਵਾਲੇ ਲਏ ਸੀਗੇ ਉਹਨਾਂ ਨੂੰ ਬਸ ਮੈਂ ਥੋੜ੍ਹਾ ਜਿਹਾ ਜੇ ਫਿਟਿੰਗ ਦੀ ਲੋੜ ਹੁੰਦੀ ਹੈ ਮੈਂ ਉਹ ਕਰਾ ਲੈਂਦੀ ਹਾਂ ਅਦਰਵਾਈਜ਼ ਉਹ ਮੈਂ ਐਜ਼ ਇਟ ਇਜ਼ ਪਾ ਲੈਂਦੀ ਹਾਂ ਇਹਨਾਂ ਨੂੰ ਮੈਨੂੰ ਲੋੜ ਹੀ ਪਈ ਸੀਗੀ ਫਿਟਿੰਗ ਕਰਾਉਣ ਦੀ ਮੈਂ ਐਜ਼ ਇਟ ਇਜ਼ ਇਹਨਾਂ ਦਾ ਲਾਈਕ ਐਮ ਸਾਈਜ਼ ਹੈ ਉਹ ਸਮਾਲ ਹੀ ਐਮ ਇਹਨਾਂ ਦਾ ਆ ਜਾਂਦਾ ਇਹ ਫਰੋਕ ਵਾਲੇ ਸੂਟ ਨੇ ਰੈਡੀਮੇਡ ਵਾਲੇ ਇਹ ਮੈਂ ਪਾ ਲਏ ਇਹਨਾਂ ਦਾ ਕੋਈ ਡਰਾਮਾ ਨਹੀਂ ਰਹਿੰਦਾ ਕਿ ਇਹਨਾਂ ਨੂੰ ਫੈਬਰਿਕ ਲਓ ਫੈਬਰਿਕ ਸਟਿਚ ਕਰਾਓ ਐਸਾ ਕੁਛ ਵੀ ਨਹੀਂ ਹੈ ਔਰ ਵਿਦਆਊਟ ਲਾਈਨਿੰਗ ਹੈ ਗਰਮੀਆਂ ਦੇ ਵਿੱਚ ਇੰਨਾ ਈਜ਼ੀਲੀ ਮੈਂ ਪਾ ਸਕਦੀ ਹਾਂ ਇਹਨਾਂ ਨੂੰ ਔਰ ਮੈਂ ਜ਼ਿਆਦਾਤਰ ਇਹੀ ਸੂਟ ਪਾਉਂਦੀ ਹਾਂ ਅਗਰ ਮੈਨੂੰ ਸੂਟ ਦੀ ਹੁੰਦੀ ਹੈ ਕਿ ਮੈਂ ਸੂਟ ਪਾਉਣਾ ਆ ਇਹ ਵੀ ਪੈਂਟ ਸਟਾਈਲ ਹੈ ਔਰ ਅਗਲਾ ਵੀ ਸੂਟ ਹੈ ਫਰੋਕ ਸਟਾਈਲ ਹੈ ਇਹ ਵੀ ਪੈਂਟ ਵਾਲਾ ਇਹਨੂੰ ਵੀ ਲਾਈਨਿੰਗ ਦੀ ਲੋੜ ਨਹੀਂ ਸੀਗੀ ਰੈਡੀਮੇਡ ਹੈ ਇਹ ਵੀ ਮੈਂ ਈਜ਼ੀਲੀ ਪਾ ਲੈਂਦੀ ਹਾਂ ਔਰ ਜਿਹੜਾ ਸੂਟ ਮੈਂ ਪਾਇਆ ਹੋਇਆ ਹੈ ਇਹ ਵੀ ਮੈਨੂੰ ਗਿਫਟ ਆਇਆ ਸੀਗਾ ਅਤੇ ਆਹ ਸੂਟ ਵੀ ਮੈਨੂੰ ਸੋਹਣਾ ਲੱਗਾ ਸ਼ੋਰਟ ਇਹਦੀ ਕਮੀਜ਼ ਹੈ ਔਰ ਜਿਹੜਾ ਪੈਂਟ ਹੈ ਉਹ ਹੈ ਔਰ ਇਹਦਾ ਇਹ ਦੁਪੱਟਾ ਇਹ ਵੀ ਵਿਦਆਊਟ ਲਾਈਨਿੰਗ ਹੈ ਲਾਈਕ ਪਰਸਨਲੀ ਗਾਈਜ਼ ਮੈਨੂੰ ਪਸੰਦ ਆ ਕਿ ਮੈਂ ਨਾ ਗਰਮੀਆਂ ਦੇ ਵਿੱਚ ਵਿਦਆਊਟ ਲਾਈਨਿੰਗ ਹੀ ਪਾਵਾਂ ਸੂਟ ਨੂੰ ਫਿਰ ਇੰਨੀ ਜ਼ਿਆਦਾ ਗਰਮੀ ਹੁੰਦੀ ਦਿਲ ਨਹੀਂ ਕਰਦਾ ਸੂਟ ਪਾਉਂਦੇ ਇਹ ਸਾਰੇ ਹੁਣ ਸੂਟ ਮੇਰੀ ਅਗਲੀ ਸਰਦੀਆਂ 'ਚ ਹੀ ਪੈਣੇ ਆ ਜਦੋਂ ਹੁਣ ਸਰਦੀਆਂ ਸ਼ੁਰੂ ਹੋਣੀਆਂ ਕੋਈ ਫੰਕਸ਼ਨ ਹੋਏਗਾ ਉਦੋਂ ਪੈਣੇ ਆ ਜਿੰਨੇ ਬੈੱਡ 'ਤੇ ਵੀ ਪਏ ਬੈੱਡ 'ਚ ਵੀ ਪਏ ਨੇ ਨਾ ਸੂਟ ਉਹ ਸਾਰੇ ਦੇ ਸਾਰੇ ਮੇਰੇ ਹੈਵੀ ਸੂਟ ਨੇ ਸੋ ਗਾਈਜ਼ ਮੈਨੂੰ ਨਾ ਬਨਾਰਸੀ ਸੂਟਾਂ ਦਾ ਬਹੁਤ ਜ਼ਿਆਦਾ ਸ਼ੌਂਕ ਆ ਬਟ ਅਫਸੋਸ ਮੇਰੇ ਕੋਲ ਇੱਕ ਹੀ ਹੈ ਫਿਲਹਾਲ ਮੈਂ ਲਊਂਗੀ ਜਲਦੀ ਜਲਦੀ ਮੇਰੇ ਕੋਲ ਸਾੜੀ ਵੀ ਪਈਆਂ ਨੇ ਬਨਾਰਸੀ ਵਾਲੀ ਮੈਨੂੰ ਨਾ ਬੜਾ ਸ਼ੌਂਕ ਹੈ ਬਨਾਰਸੀ ਸਾੜੀ ਦਾ ਵੀ ਔਰ ਇਹ ਮੇਰਾ ਸੂਟ ਇਹ ਹੈਗਾ ਪੈਂਟ ਸਟਾਈਲ ਸੂਟ ਇਹ ਮੈਂ ਬਣਵਾਇਆ ਸੀਗਾ ਔਰ ਇਹਦੇ 'ਤੇ ਆਹ ਡਿਜ਼ਾਈਨ ਜਿਹਾ ਲਗਾਇਆ ਹੋਇਆ ਔਰ ਇਹਦੀ ਸ਼ਰਟ ਇਹ ਤੁਸੀਂ ਮੈਨੂੰ ਦੇਖਿਆ ਹੋਣਾ ਰੀਲਸ ਦੇ ਵਿੱਚ ਵੀ ਪਾਇਆ ਹੋਇਆ ਔਰ ਆਹ ਇਹਦਾ ਦੁਪੱਟਾ ਮੈਨੂੰ ਬਹੁਤ ਪਸੰਦ ਹੈ ਮੈਂ ਇੱਦਾਂ ਦੀ ਕਲੈਕਸ਼ਨ ਹੋਰ ਲੈਣੀ ਹੈ ਜਦੋਂ ਇਹ ਸੂਟ ਪਾਉਣ ਦੀ ਵਾਰੀ ਆ ਜਾਏਗੀ ਔਰ ਨੈਕਸਟ ਅਗੇਨ ਮੇਰੇ ਕੋਟਨ ਦੇ ਸੂਟ ਇਹ ਵਾਲਾ ਇਹ ਹੈਗਾ ਸਟਰੇਟ ਵਾਲਾ ਜਿੱਦਾਂ ਸਿੰਪਲ ਸ਼ਰਟ ਹੁੰਦੀ ਹੈ ਅਤੇ ਉਹਦੇ ਨਾਲ ਪੈਂਟ ਹੁੰਦੀ ਹੈ ਉਹਦਾ ਦੁਪੱਟਾ ਇਹ ਉਹ ਸੂਟ ਹੈ ਗਾਈਜ਼ ਮੇਰੇ ਕੋਲ ਨਾ ਦੁਪੱਟੇ ਕੁਛ ਪਏ ਨੇ ਜਿੱਦਾਂ ਮੇਰੇ ਕੋਲ ਕੁਛ ਸੂਟ ਐਸੇ ਵੀ ਨੇ ਜਿਨ੍ਹਾਂ ਦੇ ਦੁਪੱਟੇ ਨਹੀਂ ਹੈਗੇ ਉਹ ਮੈਂ ਕੋਈ ਵੀ ਇਹ ਦੁਪੱਟਿਆਂ 'ਚੋਂ ਮੈਂ ਲੈ ਲੈਂਦੀ ਹਾਂ ਇੱਕ ਆਹ ਫੁਲਕਾਰੀ ਦੁਪੱਟਾ ਹੈ ਮੇਰੇ ਕੋਲ ਇਹ ਵਾਲਾ ਵੀ ਫੁਲਕਾਰੀ ਦੁਪੱਟਾ ਇਹ ਅਗੇਨ ਬਨਾਰਸੀ ਦੁਪੱਟਾ ਇਹ ਮੈਂ ਕਿਸੇ ਨਾਲ ਵੀ ਮਿਕਸ ਐਂਡ ਮੈਚ ਕਰ ਲੈਂਦੀ ਹਾਂ ਇੱਕ ਮੇਰੇ ਕੋਲ ਰੈੱਡ ਸੂਟ ਪਿਆ ਉਹਦਾ ਦੁਪੱਟਾ ਹੈ ਕਾ ਸੂਟ ਹੈ ਇਹ ਉਹਦਾ ਦੁਪੱਟਾ ਔਰਗੈਂਜ਼ਾ ਦਾ ਇਹ ਵੀ ਔਰਗੈਂਜ਼ਾ ਦਾ ਦੁਪੱਟਾ ਇਹ ਮੈਨੂੰ ਪਤਾ ਨਹੀਂ ਸ਼ਾਇਦ ਇਹ ਨੈੱਟ ਦੇ ਵਿੱਚ ਹੈ ਇਹ ਵਾਲਾ ਦੁਪੱਟਾ ਇਹ ਨਾ ਇੱਕ ਮੇਰੇ ਕੋਲ ਪਰ ਮੀਟਰ ਵਾਲਾ ਕੱਪੜਾ ਸੀਗਾ ਉਹ ਮੈਂ ਸਟਿਚ ਕਰਨ ਲਈ ਦਿੱਤਾ ਹੋਇਆ ਉਹਦੇ ਨਾਲ ਦਾ ਦੁਪੱਟਾ ਹੈ ਔਰ ਅਗੇਨ ਵਾਈਟ ਇਹ ਬੇਸਿਕ ਦੁਪੱਟੇ ਨੇ ਜੋ ਮੈਂ ਕਿਸੇ ਵੀ ਮਤਲਬ ਆਪਣੇ ਸੂਟਾਂ ਨਾਲ ਮਿਕਸ ਐਂਡ ਮੈਚ ਕਰਕੇ ਲੈ ਲੈਂਦੀ ਹਾਂ ਸੋ ਜਿੰਨੇ ਮੈਂ ਕੱਢੇ ਸੀ ਸੂਟ ਉਹ ਮੈਂ ਤੁਹਾਨੂੰ ਦਿਖਾ ਦਿੱਤੇ ਉਹ ਅਗਰ ਹੋਏਗਾ ਮੈਂ ਬੈੱਡ 'ਚੋਂ ਕੱਢੂੰਗੀ ਜਦੋਂ ਵਿੰਟਰਸ ਆਉਣਗੇ ਉਦੋਂ ਫਿਰ ਮੈਂ ਤੁਹਾਨੂੰ ਪਾਰਟ 2 ਵੀ ਦਿਖਾਊਂਗੀ ਆਪਣੇ ਸੂਟਾਂ ਦੀ ਕਲੈਕਸ਼ਨ ਦਾ ਫਿਲਹਾਲ ਤੁਸੀਂ ਆਹ ਵਾਲੇ ਵਲੌਗ ਨੂੰ ਇੰਜੋਏ ਕਰਿਓ ਔਰ ਮੈਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਕਿ ਤੁਹਾਡੇ ਫੇਵਰੇਟ ਕਲਰ ਕਿਹੜੇ ਨੇ ਪਲੱਸ ਤੁਹਾਨੂੰ ਮੇਰੇ ਸੂਟਾਂ 'ਚ ਕਿਹੜਾ ਸੂਟ ਸਭ ਤੋਂ ਜ਼ਿਆਦਾ ਵਧੀਆ ਲੱਗਾ ਕੁਛ ਤੁਸੀਂ ਮੈਨੂੰ ਪਾਏ ਦੇਖੇ ਵੀ ਹੈ ਕੁਛ ਤੁਸੀਂ ਮੈਨੂੰ ਨਹੀਂ ਵੀ ਦੇਖੇ ਤਾਂ ਤੁਸੀਂ ਮੈਨੂੰ ਜ਼ਰੂਰ ਦੱਸਣਾ ਹੈ ਸੋ ਬਾਏ ਗਾਈਜ਼ ਲਵ ਯੂ